एक पासे पंजाब दे विच राजनीतिक सरगर्मियां तेज हो गया ने, दूजे पासे पंजाब चोन कमिशन वालों भी तैयारियां कर लिया गया ने। साडे नाल चीफ इलेक्टोरल ऑफिसर ने डॉक्टर करुणा राजू। करुणा जी, की कुछ तैयारियां जिहड़ियां हुण तक कर लिया गया ने, क्योंकि पंजाब दे विच लॉ एंड ऑर्डर मेंटेन करना यह सब कुछ भी एक वड्डी चुनौती रहने वाला है। ਤੁਹਾਡਾ ਗੱਲਬਾਤ ਸਹੀ ਹੈ, ਕਿਉਂਕਿ ਹੁਣ ਅਸੀਂ ਬਿਲਕੁਲ ਚੁਣਾਵ ਦੇ ਨੇੜ ਪਹੁੰਚ ਗਿਆ ਹੈ, ਕਿਉਂਕਿ ਸਾਡਾ ਇਲੈਕਸ਼ਨ ਹੈ ਫਸਟ ਕੁਆਟਰ ਆਫ ਦੀ 2022 ਮੇ ਆਪਣਾ ਚੁਣਾਵ ਹੋਣਾ ਹੈ। ਉਸਕੇ ਲਈ ਤਿਆਰੀਆਂ ਪੂਰਾ ਹੈ। ਤਿਆਰੀਆਂ ਚਾਰ ਹਿੱਸੋਂ ਮੇ ਰਹਿੰਦਾ ਹੈ। ਇੱਕ ਹੈ ਵੋਟਰ ਲਿਸਟ ਬਣਾਉਣਾ, ਦੂਸਰਾ ਹੈ ਪੋਲਿੰਗ ਸਟੇਸ਼ਨ ਸੈਟਅਪ ਕਰਨਾ, ਤੀਸਰਾ ਸਟਾਫ ਦੀ ਟ੍ਰੇਨਿੰਗ ਹੋਣਾ, ਫੋਰਥ ਲੈਂਡ ਆਰਡਰ। ਇਹ ਚਾਰ ਹਿੱਸੇ ਮੇ ਇਲੈਕਸ਼ਨ ਦੀ ਤਿਆਰੀਆਂ ਰਹਿੰਦਾ ਹੈ। ਆਪਣਾ ਵੋਟਰ ਲਿਸਟ ਦੀ ਕਾਮ ਲਗਭਗ ਫਾਈਨਲਾਈਜੇਸ਼ਨ ਮੇ ਹੈ। ਡਰਾਫਟ ਰੋਲ ਦੀ ਪ੍ਰਕਾਸ਼ਨ ਹੋ ਚੁੱਕਾ ਹੈ ਔਰ ਫਾਈਨਲ ਰੋਲ ਅਸੀਂ ਪ੍ਰਕਾਸ਼ਨ ਕਰਾਂਗੇ 5/1/2022 ਨੂੰ ਔਰ ਇਸਕੇ ਤਿਆਰੀਆਂ ਹੋ ਗਈ ਹੈ। ਸਾਡੇ ਕੋਲ ਫਰੈਸ਼ ਫਾਰਮਸ ਆ ਗਿਆ ਹੈ, 8 ਲੱਖ ਦੇ ਉੱਤੇ ਉਹਨਾਂ ਦਾ ਡਿਸਪੋਜ਼ਲ ਕਾਰਜਕ੍ਰਮ ਚੱਲ ਰਿਹਾ ਹੈ। ਔਰ ਦੂਸਰਾ ਪੋਲਿੰਗ ਸਟੇਸ਼ਨ ਦੀ ਬਾਤ, ਕੋਵਿਡ ਨੂੰ ਮੁੱਖ ਰੱਖਦੇ ਹੋਏ ਇਸ ਵਾਰ 1400 ਸੇ ਜ਼ਿਆਦਾ ਪੋਲਿੰਗ ਸਟੇਸ਼ਨ ਦੀ ਨੰਬਰ ਅਸੀਂ ਵਧਾ ਦਿੱਤਾ ਹੈ। ਔਰ ਤੀਸਰਾ ਹੋ ਗਿਆ ਟ੍ਰੇਨਿੰਗ ਆਫ ਦੀ ਪਰਸਨੈਲ ਔਰ 24 ਤਾਰੀਖ ਤੱਕ ਟ੍ਰੇਨਿੰਗ ਦੇਣ ਦੀ ਕਾਰਵਾਈ ਹੋ ਜੂਗਾ। ਔਰ ਲਾਸਟ ਬਾਤ ਹੁੰਦਾ ਹੈ ਸਿਕਿਉਰਿਟੀ, ਸਿਕਿਉਰਿਟੀ ਦੇ ਵਾਸਤੇ ਸਟੇਟ ਦੇ ਵਿੱਚ ਜਿੰਨਾ ਵੀ ਸਾਡਾ 23 ਜ਼ਿਲ੍ਹੇ ਦੇ ਡੀਸੀ ਸਾਹਿਬਾਨ, 23 ਜ਼ਿਲ੍ਹੇ ਦੀ ਐਸਐਸਪੀ ਸਾਹਿਬਾਨ ਔਰ 3 ਕਮਿਸ਼ਨਰੇਟ ਦੀ ਕਮਿਸ਼ਨਰ ਸਾਹਿਬਾਨ, ਉਹ ਸਾਂਝੀ ਆਪਣਾ ਇੱਕ ਐਕਸਰਸਾਈਜ਼ ਕਰਦੇ ਹੋਏ ਆਪਣਾ ਫੋਰਸ ਦੀ ਇੱਕ ਰਿਕੁਆਇਰਮੈਂਟ ਸਾਨੂੰ ਦਿੱਤਾ ਹੈ। ਉਹਨਾਂ ਵੱਲੋਂ 700 ਕੰਪਨੀ ਸੇ ਜ਼ਿਆਦਾ ਰਿਕੁਆਇਰਮੈਂਟ ਸਾਨੂੰ ਪੇਸ਼ ਕੀਤਾ ਹੈ। ਅੱਛਾ ਡਾਕਟਰ ਕਰਨਾ ਰਾਜੀ, ਜਦੋਂ ਤੁਸੀਂ ਡਾਟਾ ਦੇ ਰਹੇ ਹੋ 2017 ਤੁਸੀਂ ਦੱਸਿਆ ਕਿ ਕਿੰਨੇ ਸਾਰੇ ਕੇਸਿਸ ਜਿਹੜੇ ਨੇ ਉਦੋਂ ਦਰਜ ਹੋਏ ਸੀਗੇ, ਇਸ ਵਾਰ ਅਸਲਾ ਕਿੰਨਾ ਜਿਹੜਾ ਰਜਿਸਟਰ ਹੈ, ਕਦੋਂ ਤੱਕ ਉਹਨਾਂ ਨੂੰ ਵਾਪਸ ਕਰਨਾ ਪਏਗਾ? ਦੇਖੋ, ਪਿਛਲੀ ਵਾਰ ਜਿੰਨਾ ਵੀ ਕੇਸਿਸ ਹੋਇਆ ਪਾਰਲੀਮੈਂਟ ਅਤੇ ਅਸੈਂਬਲੀ ਇਲੈਕਸ਼ਨ ਦੀ 2017 2019 ਦੀ ਪਾਰਲੀਮੈਂਟ ਇਲੈਕਸ਼ਨ ਦੋਨੋਂ ਮਿਲਾ ਕੇ ਲਗਭਗ 4000 ਕੇਸਿਸ ਦੀ FIR ਹੋਈ ਨੇ। ਉਸ ਵਿੱਚ ਮੈਜੋਰਿਟੀ ਆਫ ਦੀ ਕੇਸਿਸ ਕੋ ਪੁਲਿਸ ਵੱਲੋਂ ਕੋਰਟ ਮੇ ਪੇਸ਼ ਕਰ ਚੁੱਕੇ ਨੇ।